केपीएस गिल दे छोटे ब्रदर डिक्की गिल सीगे ओ शरेआम कह रहे हैं कि जिहड़े अमृतपाल है इनू सेंटर एजेंसियां ने प्लांट किया होया थोड़े दिनों दे विच ही उह ते दावा कर रहा कि पंजाब दे हालात खराब हो जाएंगे। एक गल मैनू ना थोड़ी समझ में मुश्किल आती है भी एक पासे आपां कहिंदे आ भी पंजाब दे नाल कोई धक्का नहीं हुंदा दूजे पासे आपां इह मानदे आ भी सेंट्रल एजेंसियां पंजाब च बंदे प्लांट करके ते पंजाब दा कान कराउंदियां ने ਇਹਦਾ ਤਾਂ ਅਰਥ ਆ ਵੀ ਬੱਚੇ ਨੂੰ ਵੀ ਸਮਝ ਆ ਸਕਦੀ ਵੀ ਪੰਜਾਬ ਦਿੱਲੀ ਜਿਹੜੀ ਆ ਪੰਜਾਬ ਦੀ ਵਿੱਤ ਨਹੀਂ ਹੈਗੀ ਜੇ ਉਹ ਪਲਾਂਟ ਵੀ ਕਰਦੀ ਕਿਸੇ ਨੂੰ ਇਸੇ ਕਰਕੇ ਕਰਦੀ ਇੱਥੇ ਕਾਂਡ ਕੀਤਾ ਜਾ ਸਕੇ ਸੋ ਜਾਂ ਤਾਂ ਉਹ ਜਿਹੜੇ KPS ਗਿੱਲ ਦਾ ਤਾਂ ਨਾਂ ਹੀ ਨਹੀਂ ਲੈਣਾ ਚਾਹੀਦਾ ਕਿਉਂਕਿ ਉਹਨੇ ਇੱਥੇ ਮੋਲੈਸਟੇਸ਼ਨ ਦੇ ਕੇਸ ਉੱਤੇ ਹੋਏ ਆ ਰੁਪਨ ਬਜਾਜ ਦਾ ਕੇਸ ਆਪਾਂ ਨੂੰ ਪਤਾ ਹੈ ਸਾਰਿਆਂ ਨੂੰ ਉਹ 'ਚ ਦੋਸ਼ੀ ਵੀ ਬਣਿਆ ਗਿਆ ਫਿਰ ਉਹ ਤੋਂ ਬਾਅਦ 'ਚ ਇੱਥੇ ਥਾਣਿਆਂ ਦੇ ਵਿੱਚ ਧੀਆਂ ਭੈਣਾਂ ਦੀਆਂ ਬੇਪਤੀਆਂ ਹੋਈਆਂ ਉਹਦਾ ਦੋਸ਼ੀ ਉਹ ਹੈ ਹੁਣ ਵੀ ਕਈ ਪੁਲਿਸ ਵਾਲਿਆਂ ਨੂੰ ਸਜ਼ਾਵਾਂ ਮਿਲੀਆਂ ਉਮਰ ਕੈਦ ਦੀਆਂ ਜਿਹੜੇ ਉਹਦੇ ਸਾਥੀ ਰਹੇ ਆ ਸੋ ਜਿਹੜਾ ਲਾਅ ਐਂਡ ਆਰਡਰ ਉਹਨੂੰ ਜਿਹੜੀ ਸਟੇਟ ਕਹਿੰਦੀ ਵੀ ਮੈਨੂੰ ਪਲਾਂਟ ਕੀਤਾ ਉਹ ਸਟੇਟ ਫਿਰ KPS ਗਿੱਲ ਨੂੰ ਸੁਪਰਕੋਪ ਕਹਿੰਦੀ ਹੈ ਮਤਲਬ ਇਹ ਕੰਟਰਾਡਿਕਟਰੀ ਗੱਲਾਂ ਕਿਉਂ ਕਰਨੀਆਂ ਆਪਾਂ ਨੇ ਔਰ ਜਿਹੜੇ ਉਹਨਾਂ ਨੇ ਬਿਆਨ ਦਿੱਤੇ ਮੈਂ ਮਾੜੀ ਜਿਹੀ ਤਾਂ ਸੁਣੀ ਹੈ ਵੀ ਉਹ ਪੁਲਿਸ ਨੂੰ ਇੱਦਾਂ ਕਰਨਾ ਚਾਹੀਦਾ KPS ਗਿੱਲ ਵਾਂਗੂ ਉਹਨੂੰ ਕਹਾ ਵੀ ਫਿਰ ਨਾ ਦੇਖੋ ਕਿਸੇ ਦੇ ਹੱਥਾਂ 'ਚ ਚੂੜੀਆਂ ਨਹੀਂ ਪਈਆਂ ਗਾੜੀਆਂ ਇਹ ਤੁਸੀਂ ਜੇ ਨੌਜਵਾਨਾਂ ਨੂੰ ਇਸ ਰਾਹ 'ਤੇ ਤੋਰਨਾ ਤੁਸੀਂ ਤੈਅ ਕਰ ਲਓ KPS ਗਿੱਲ ਨਾਂ 'ਤੇ ਅੱਜ ਦੀ ਪੁਲਿਸ ਨੇ ਬਣਨਾ ਉਹਨਾਂ ਨੂੰ ਵੀ ਪਤਾ ਹੈ ਉਹ 84 ਵਾਲਾ ਮਾਹੌਲ ਅੱਜ ਨਹੀਂ ਹੈਗਾ ਅੱਜ ਦੀ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਨੌਜਵਾਨ ਨੇ ਜਿਹੜੇ ਸਿੱਖ ਨੇ ਪੁਲਿਸ ਵਾਲੇ ਉਹਨਾਂ ਨੂੰ ਪਤਾ ਵੀ ਉਦੋਂ ਜਿਹੜੀ ਲੜਾਈ ਦਿੱਲੀ ਨੇ ਕਰਵਾਈ ਹੈ ਇੱਥੇ ਖਾੜਕੂ ਸਿੱਖਾਂ ਦੇ ਵਿੱਚ ਅਤੇ ਪੁਲਿਸ ਦੇ ਵਿੱਚ ਉਹ ਅਨਨੈਸੈਸਰੀ ਸੀ ਅਨਵਾਂਟਡ ਸੀ ਕੱਲ ਪੰਜਾਬ ਦੇ ਹੱਕਾਂ ਦੀ ਸੀ ਔਰ ਦਰਬਾਰ ਸਾਹਿਬ 'ਤੇ ਹਮਲੇ ਤੋਂ ਬਾਅਦ 'ਚ ਵੀ ਜਿਹੜੀ ਪੁਲਿਸ ਨੇ ਜਿਹੜਾ ਕਾਂਡ ਕੀਤਾ ਔਰ ਉਹ ਚੰਦ ਪੁਲਿਸ ਵਾਲੇ ਦੀ ਅਗਵਾਈ 'ਚ ਹੋਇਆ ਚਾਹੇ ਜਿਹੜਾ ਅਜ਼ਹਰ ਆਲਮ ਸੀ ਚਾਹੇ ਉਹ ਆਪਣਾ ਜਿਹੜਾ ਵਾ KPS ਗਿੱਲ ਸੀ ਜਾਂ ਜਿਹੜੇ ਹੋਰ ਬੰਦੇ ਸੀ ਜਿਨ੍ਹਾਂ ਨੇ ਆਪਣੀਆਂ ਨਿੱਜੀ ਸੈਨਾਵਾਂ ਬਣਾਈਆਂ ਜਿਨ੍ਹਾਂ ਨੇ ਪਿੰਡਾਂ ਦੇ ਵਿੱਚ ਕੈਟ ਪੈਦਾ ਕਰਕੇ ਲੋਕਾਂ ਦੇ ਘਰਾਂ 'ਚ ਜਾ ਕੇ ਬੇਪਤੀਆਂ ਗੀਤੀਆਂ ਖਾੜਕੂ ਨੂੰ ਬਦਨਾਮ ਕੀਤਾ ਜਾ ਸਕੇ ਔਰ ਇਹ ਬਹੁਤ ਇਹਦੇ ਕੇਸ ਸਾਬਤ ਵੀ ਹੋ ਗਏ ਨੇ ਹੁਣ ਸੋ ਜੇ ਉਹ ਆਪਣਾ ਅਜੇ ਵੀ ਉਹਦਾ ਭਰਾ ਉਹਨੂੰ ਤਾਂ ਸ਼ਰਮ ਆਉਣੀ ਚਾਹੀਦੀ ਵੀ ਉਹਦਾ ਭਰਾ KPS ਗਿੱਲ ਹੈ ਮੈਨੂੰ ਲੱਗਦਾ ਵੀ ਇਹ ਤਾਂ ਨਾ ਉਹਨੂੰ ਕਦੇ ਆਪਣਾ ਨਾਂ ਉਹਨੂੰ ਗਿੱਲ ਗੁੱਲ ਲਾ ਕੇ ਅਤੇ ਉੱਦਾਂ ਨਹੀਂ ਵਿਚਰਨਾ ਨਹੀਂ ਚਾਹੀਦਾ ਸਮਾਜ ਦੇ ਅੱਗੇ ਮੂੰਹ ਦਿਖਾਉਣ ਜੋਗਾ ਨਹੀਂ ਹੁੰਦਾ ਬੰਦਾ ਇਹੋ ਜਿਹੇ ਜੇ ਕੋਈ ਆਪਣੇ ਰਿਸ਼ਤੇਦਾਰ ਦੂਰ ਦੂਰ ਦੇ ਵੀ ਹੋਣ ਅਤੇ ਬੰਦੇ ਦੱਸ ਦੇ ਨਹੀਂ ਗਏ ਸੋ ਐਡੇ ਵੱਡੇ ਬੁੱਚੜ ਦੇ ਐਡੇ ਵੱਡੇ ਪਾਪੀ ਦਾ ਰਿਸ਼ਤੇਦਾਰ ਹੋਣ ਦਾ ਕੋਈ ਮੈਨੂੰ ਲੱਗਦਾ ਮਾੜ ਮਹਿਸੂਸ ਨਹੀਂ ਕਰਨਾ ਚਾਹੀਦਾ। Subscribe to One India channel and never miss an update.